ਬਹੁਤ ਹੀ ਸਤਿਕਾਰਯੋਗ ਪੰਜਾਬ ਭਰ ਦੇ ਅਧਿਆਪਕ ਸਾਥੀਓ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰੇ, ਮੈਨੂੰ ਪਤਾ ਕਿ ਅੱਜ ਜੋ ਵੀ ਅੱਜ ਦੀ ਮੀਟਿੰਗ ਦੇ ਵਿੱਚ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਹੋਈ ਹੈ ਜਾਂ ਜੋ ਫੈਸਲੇ ਹੋਏ ਨੇ ਉਹਨਾਂ ਦੇ ਉੱਤੇ ਪ੍ਰਤੀਕਿਰਿਆ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਜਾਣਨ ਵਾਸਤੇ ਅਤਾਵਲੇ ਹੋ ਰਹੇ ਹੋਵੋਗੇ, ਕਿਉਂਕਿ ਇਹ ਸੰਘਰਸ਼ ਸਮੁੱਚੇ ਪੰਜਾਬ ਦੇ ਅਧਿਆਪਕ ਇੱਕਮੁੱਠ ਹੋ ਕੇ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਥੱਲੇ ਲੜ ਰਹੇ ਸੀ। ਮੈਂ ਜ਼ਿਆਦਾ ਸਮਾਂ ਨਹੀਂ ਤੁਹਾਡਾ ਲੈਣਾ, ਤੁਹਾਨੂੰ ਸ਼ੋਰਟ ਦੇ ਵਿੱਚ, ਘੱਟ ਸ਼ਬਦਾਂ ਦੇ ਵਿੱਚ ਅੱਜ ਦੀ ਜਿਹੜੀ ਸਥਿਤੀ ਹੈਗੀ ਆ ਸਪਸ਼ਟ ਕਰ ਦਿਆਂਗਾ। ਨੰਬਰ 1 ਤੇ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਆਪਣੇ ਅਧਿਆਪਕ ਸਾਥੀਆਂ ਨੂੰ ਕਿ ਕੋਈ ਵੀ ਗੱਲ ਕਰਨ ਤੋਂ ਪਹਿਲਾਂ, ਕੋਈ ਵੀ ਸਾਥੀ ਕਿਸੇ ਤਰ੍ਹਾਂ ਦਾ ਆਪਣੀ ਜਿਹੜੀ ਸੋਚ ਹੈ ਉਹ ਨੈਗੇਟਿਵ ਪਾਸੇ ਲਿਜਾਣ ਤੋਂ ਪਹਿਲਾਂ ਉਹਦੇ ਜਿਹੜੇ ਪੋਜ਼ਿਟਿਵ ਪੱਖ ਹੈ ਉਹ ਪਹਿਲਾਂ ਜ਼ਰੂਰ ਸੋਚ ਲਿਓ। ਕਿ ਅੱਜ ਤੋਂ ਕੁਝ ਸਮਾਂ ਪਹਿਲਾਂ 20 ਜਨਵਰੀ ਜਦੋਂ ਆਪਾਂ ਪੰਜਾਬ ਦੇ ਵਿੱਚ ਸੰਘਰਸ਼ ਸ਼ੁਰੂ ਕਰਨਾ ਸੀਗਾ, ਆਪਾਂ ਇੱਕ ਐਲਾਨ ਕੀਤਾ ਸੀਗਾ, ਉਸ ਸਮੇਂ ਅਸੀਂ ਕਿਸ ਸਟੇਜ ਤੇ ਖੜੇ ਸੀ, ਅਸੀਂ ਕਿੱਥੇ ਖੜੇ ਸੀ, ਸਾਡੀ ਸਥਿਤੀ ਕੀ ਸੀ, ਕਿਉਂਕਿ ਉਸ ਤੋਂ ਪਹਿਲਾਂ ਅਧਿਆਪਕ ਸਾਂਝਾ ਮੋਰਚਾ ਔਰ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ, ਇਹਨਾਂ ਸਾਰੇ ਮਸਲਿਆਂ ਦੇ ਉੱਤੇ ਸੰਘਰਸ਼ ਲੜ ਕੇ ਇੱਕਦਮ ਜਿਹੜਾ ਹੈਗਾ ਉਹ ਬਹੁਤ ਹੀ ਡਾਊਨਫਾਲ ਦੇ ਵਿੱਚ ਜਾ ਚੁੱਕਿਆ ਸੀਗਾ। ਬੇਸ਼ੱਕ ਸਾਡੇ SSA ਰਮਸਾ ਅਧਿਆਪਕ ਜਿਨ੍ਹਾਂ ਦੀ ਤਨਖਾਹ ਕਟੌਤੀ ਕੀਤੀ ਗਈ ਸੀ ਔਰ ਉਹਨਾਂ ਨੂੰ ਧੱਕੇ ਦੇ ਨਾਲ ਜਬਰੀ ਕਲਿੱਕ ਕਰਵਾਇਆ ਗਿਆ ਸੀ, ਔਰ ਉਸ ਤੋਂ ਬਾਅਦ ਜਿਹੜੇ ਸਾਡੇ ਕੰਟਰੈਕਟ ਵਾਲੇ ਟੀਚਰ ਆ 5178 ਟੀਚਰ ਜਿਹੜੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਜਿਹੜੀ ਸਥਿਤੀ ਹੈਗੀ ਆ ਉਹ ਬੜੀ ਔਕਵਰਡ ਬਣੀ ਹੋਈ ਸੀ। ਸਰਕਾਰ ਕਿਸੇ ਵੀ ਤਰ੍ਹਾਂ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਰੈਗੂਲਰ ਕਰਨ ਵਾਲੇ ਪਾਸੇ ਤਾਂ ਸੋਚ ਤੱਕ ਵੀ ਨਹੀਂ ਰਹੀ ਸੀ, ਇਹ ਗੱਲ ਵੀ ਨਹੀਂ ਆ ਰਹੀ ਸੀ ਕਿ ਇਹ ਅਧਿਆਪਕ ਜਿਹੜੇ ਹੈਗੇ ਨੇ ਉਹ ਕਿਤੇ ਭਵਿੱਖ ਦੇ ਵਿੱਚ ਰੈਗੂਲਰ ਹੋ ਜਾਣਗੇ। ਸਰਕਾਰ ਦੀ ਜਿਹੜੀ ਅਪਰੋਚ, ਜਿਹੜੀ ਸੋਚ ਹੈ ਉਹ ਬੜੀ ਨੈਗੇਟਿਵ ਚੱਲ ਰਹੀ ਸੀਗੀ। ਪਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ 20 ਜਨਵਰੀ ਤੋਂ ਬਾਅਦ ਹੋਂਦ ਦੇ ਵਿੱਚ ਆਈ। 27 ਤਰੀਕ ਨੂੰ ਅਸੀਂ ਬਹੁਤ ਸ਼ਾਰਟ ਪੀਰੀਅਡ ਆ ਸਾਡਾ, 2 ਕੁ ਮਹੀਨੇ ਦਾ ਸਮਾਂ, 2 ਮਹੀਨੇ ਵੀ ਪੂਰੇ ਨਹੀਂ ਹੋਏ ਅਜੇ, ਇਹ 1.5 ਕੁ ਮਹੀਨੇ ਦਾ ਸਮਾਂ ਹੈ ਸਾਰਾ। ਬਹੁਤ ਸ਼ਾਰਟ ਪੀਰੀਅਡ ਦੇ ਵਿੱਚ ਅਸੀਂ ਇਸ ਸੰਘਰਸ਼ ਨੂੰ ਪੰਜਾਬ ਦੇ ਵਿੱਚ ਸ਼ੁਰੂ ਕੀਤਾ, ਪੰਜਾਬ ਦੇ ਸਮੁੱਚੇ ਅਧਿਆਪਕਾਂ ਨੂੰ ਲਾਮਬੰਦ ਕੀਤਾ। ਲਾਮਬੰਦ ਕਰਕੇ ਸਮੁੱਚੀਆਂ ਪੰਜਾਬ ਦੀਆਂ ਜਥੇਬੰਦੀਆਂ ਇੱਕ ਸਟੇਜ ਦੇ ਉੱਤੇ ਲਿਆਂਦੀਆਂ ਔਰ ਇਹ ਮਾਹੌਲ ਪੰਜਾਬ ਦੇ ਵਿੱਚ ਕ੍ਰੀਏਟ ਕੀਤਾ ਕਿ ਪੰਜਾਬ ਦੀ ਸਰਕਾਰ ਜਿਹੜੀ ਤੁਹਾਡੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਸੀ, ਸੋਚਣਾ ਵੀ ਨਹੀਂ ਚਾਹੁੰਦੀ ਸੀ, ਉਹਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ। ਹੁਣ ਇੱਥੇ ਮੈਨੂੰ ਪਤਾ ਹੈ ਅੱਜ 5178 ਅਧਿਆਪਕਾਂ ਦੇ ਕਮੈਂਟ ਪਹਿਲਾਂ ਵੀ ਬਹੁਤ ਆਉਂਦੇ ਸੀ, ਅੱਜ ਵੀ ਬਹੁਤ ਆਉਣਗੇ। ਕਾਰਨ ਕੀ ਆ, ਮੈਂ ਇੱਕ ਗੱਲ ਉਸ ਦਿਨ ਵੀ ਕਹੀ ਸੀ ਕਿ ਜਦੋਂ ਤਾਂ ਹੋ ਗਿਆ ਫਿਰ ਤੇ ਕੋਈ ਅਧਿਆਪਕ ਸੰਘਰਸ਼ ਕਮੇਟੀ ਨਹੀਂ, ਕੋਈ ਸੰਘਰਸ਼ ਨਹੀਂ, ਫਿਰ ਅਸੀਂ ਮੰਤਰੀਆਂ ਦਾ ਸਰਕਾਰਾਂ ਦਾ ਧੰਨਵਾਦ ਕਰਨ ਲੱਗਿਆਂ, ਕਿਸੇ ਨੂੰ ਪੁੱਛਦੇ ਵੀ ਨਹੀਂ, 1 ਮਿੰਟ ਲਾਉਣੇ ਆ। ਤੇ ਜੇਕਰ ਕਿਤੇ ਗੱਲ ਉਲਟੇ ਪਾਸੇ ਚਲੇਗੀ, ਥੋੜੀ ਜਿਹੀ ਲੱਗਦੀ ਦਿਸੀ, ਤਾਂ ਫਿਰ ਸਾਰਾ ਜਿਹੜਾ ਤੋੜਾ ਹੈਗਾ ਉਹ ਅਸੀਂ ਯੂਨੀਅਨ ਤੇ ਔਰ ਅਧਿਆਪਕ ਸੰਘਰਸ਼ ਕਮੇਟੀ ਤੇ ਤਾੜਨ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਇੱਕ ਤੁਹਾਨੂੰ ਗੱਲ ਦੱਸ ਦਿਆਂ, ਅਸੀਂ ਤੁਹਾਡੀ ਖਾਤਰ ਪੰਜਾਬ ਦੇ ਵਿੱਚ ਸੰਘਰਸ਼ ਲੜ ਰਹੇ ਹਾਂ,
ਅੱਜ ਰੈਗੂਲਰ ਅਧਿਆਪਕ ਆਪਣੀਆਂ ਸਾਰੀਆਂ ਮੰਗਾਂ ਪਿੱਛੇ ਛੱਡ ਕੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਉਣ ਵਾਸਤੇ ਜੀ ਜਾਨ ਦੇ ਨਾਲ ਲੱਗੇ ਹੋਏ ਆ। ਪਰਚੇ ਕਰਾਏ ਹੋਏ ਆ, ਬਦਲੀਆਂ ਕਰਾਈਆਂ ਹੋਈਆਂ, ਸਸਪੈਂਸ਼ਨਾਂ ਕਰਾਈਆਂ ਹੋਈਆਂ, ਕਈ ਕਈ ਤਰ੍ਹਾਂ ਦੇ ਨੋਟਸ ਆ ਰਹੇ ਆ, ਸਾਰੀ ਗੱਲ 'ਤੇ ਲੱਗੇ ਹੋਏ ਆ। ਔਰ ਜੇਕਰ ਤੁਸੀਂ ਇਹ ਗੱਲ ਕਹੋ ਕਿ ਯਾਰ ਸਾਡਾ ਤਾਂ ਅਧਿਆਪਕ ਸੰਘਰਸ਼ ਕਮੇਟੀ ਨੇ ਨੁਕਸਾਨ ਕਰਾਤਾ, ਸਾਡਾ ਤਾਂ ਇਹ ਹੋ ਜਾਣਾ ਸੀ, ਉਹ ਹੋ ਜਾਣਾ ਸੀਗਾ, ਇਹ ਪਹਿਲਾਂ ਭਰਮ ਭੁਲੇਖੇ ਦੂਰ ਕਰ ਦਿਓ। ਜੇ ਤਾਂ ਤੁਸੀਂ ਇੱਦਾਂ ਦੀਆਂ ਗੱਲਾਂ ਕਰਨੀਆਂ ਤਾਂ ਲੜਨ ਵਾਲੇ ਲੋਕ ਕੱਲ ਨੂੰ ਨੈਗੇਟਿਵ ਹੋ ਜਾਣਗੇ। ਜਿਹੜਾ ਅਸੀਂ ਮਾਹੌਲ ਬਣਾਇਆ, ਜਿਹੜਾ ਕੋਈ ਸਰਕਾਰ ਚਾਹੁੰਦੀ ਹੈ ਕਿ ਜਿਹੜੇ ਲੀਡਰਸ਼ਿਪ, ਜਿਹੜੀ ਲੀਡਰ ਆ, ਇਹ ਮਸਲੇ ਨੂੰ ਵੱਡੇ ਪੱਧਰ ਤੇ ਲੈ ਕੇ ਚੱਲੇ ਹੋਏ ਆ, ਕਿਉਂਕਿ ਇਹਦੇ ਵਿੱਚ ਕੋਈ ਸਰਕਾਰ ਦੇ ਲੋਕ ਵੀ ਬੈਠੇ ਹੋਣਗੇ ਜਿਹੜੇ ਨੈਗੇਟਿਵ ਕਰਨਗੇ ਲੀਡਰਸ਼ਿਪ ਨੂੰ ਕਿ ਕੋਈ ਗੱਲ ਨਹੀਂ, ਇਹਨਾਂ ਨੂੰ ਨੈਗੇਟਿਵ ਕਰ ਦਿਓ, ਇਹੋ ਜਿਹਾ ਮਾਹੌਲ ਬਣਾ ਦਿਓ, 100-150 ਕਮੈਂਟ ਸੁੱਟ ਕੇ ਕਿ ਇਹ ਨਿਰਾਸ਼ ਹੋ ਕੇ ਟੁੱਟ ਜਾਣ ਕਿ ਯਾਰ ਕੁਛ ਬਣਿਆ ਨੀਗਾ। ਔਰ ਅੱਜ ਅਧਿਆਪਕ ਸੰਘਰਸ਼ ਕਮੇਟੀ ਨੂੰ ਤੋੜਨ ਵਾਸਤੇ ਵੀ ਬਹੁਤ ਜ਼ਿਆਦਾ ਜਿਹੜਾ ਜ਼ੋਰ ਹੈਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੱਗਿਆ ਹੋਇਆ ਕਿ ਇਹ ਅਧਿਆਪਕ ਸੰਘਰਸ਼ ਕਮੇਟੀ ਟੁੱਟ ਜੇ। ਇਹ ਟੁੱਟਣ ਤੋਂ ਬਾਅਦ ਜਿਹੜੇ ਮਸਲੇ ਹੱਲ ਹੋਣ ਵਾਲੇ ਪਾਸੇ ਨੂੰ ਚੱਲੇ ਆ ਉਹ ਸਾਰੇ ਦੇ ਸਾਰੇ ਖਤਮ ਹੋ ਜਾਣ। ਪਹਿਲਾਂ ਇੱਕ ਗੱਲ ਨੋਟ ਕਰ ਲਓ, ਮੈਂ ਤੁਹਾਨੂੰ ਅੱਜ ਵੀ ਕਹਿੰਦਾ ਕਿ ਨੈਗੇਟਿਵ ਸੋਚ ਤੋਂ ਪਹਿਲਾਂ, ਨੈਗੇਟਿਵ ਕਮੈਂਟ ਤੋਂ ਪਹਿਲਾਂ ਹਜ਼ਾਰ ਵਾਰ ਸੋਚ ਕੇ ਗੱਲ ਕਰਿਓ ਕਿ ਅਸੀਂ ਖੜੇ ਕਿੱਥੇ ਸੀ ਅਤੇ ਇਸ ਟਾਈਮ ਅਸੀਂ ਕਿੱਥੇ ਖੜੇ ਹਾਂ। ਮੈਂ ਤੁਹਾਨੂੰ ਇੱਕ ਸਪਸ਼ਟ ਕਰ ਦਿੰਦਾ ਕਿ ਅਸੀਂ ਜੀਰੋ 'ਤੇ ਖੜੇ ਸੀ, ਜੀਰੋ ਤੋਂ ਅੱਜ ਸਾਡੇ ਸੰਘਰਸ਼ ਦੀ ਬਦੌਲਤ ਅਸੀਂ ਪ੍ਰਾਪਤੀ ਵਾਲੇ ਪਾਸੇ ਨੂੰ ਵਧਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਪ੍ਰਾਪਤੀ ਵਾਲੇ ਪਾਸੇ ਨੂੰ ਜਾਣਾ, ਸਾਡੇ ਕਦਮ ਚੱਲਣੇ ਸ਼ੁਰੂ ਹੋ ਗਏ ਆ। 27 ਦੀ ਮੀਟਿੰਗ ਦੇ ਵਿੱਚ ਸਾਰੀਆਂ ਵਿਕਟੇਮਾਈਜੇਸ਼ਨਾਂ, ਟਰਮੀਨੇਸ਼ਨਾਂ, ਸਾਰਾ ਜਿਹੜਾ ਰੱਦ ਹੋ ਕੇ ਸੰਘਰਸ਼ ਦਾ ਮੁੱਢ ਬੱਝਿਆ ਸੀਗਾ। ਔਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਬੜੀ ਵਾਰ ਮੀਟਿੰਗ ਦਿੰਦੇ ਰਹੇ, ਮੀਟਿੰਗ ਤੋਂ ਭੱਜਦੇ ਰਹੇ, ਕਦੇ ਕੋਈ ਫੈਸਲਾ ਸਾਡੇ ਹੱਕ ਦੇ ਵਿੱਚ ਨਹੀਂ ਸੀ ਆਇਆ। ਔਰ ਅੱਜ ਜੋ ਕੁਝ ਵੀ ਬਣਿਆ ਹੈ ਇਹ ਸਾਰਾ ਸੰਘਰਸ਼ ਦੀ ਬਦੌਲਤ ਬਣਿਆ। ਕੱਲ੍ਹ ਵੀ ਤੁਹਾਨੂੰ ਦੱਸਿਆ ਸੀ, ਕੱਲ੍ਹ ਜੋ ਘਟਨਾਕ੍ਰਮ ਹੋਇਆ, ਕਿਸ ਤਰੀਕੇ ਦੇ ਨਾਲ 4 ਕੈਬਨਿਟ ਮੰਤਰੀਆਂ ਨੇ, ਮੁੱਖ ਮੰਤਰੀ ਦੀ OSD ਨੇ, ਸਾਰੇ ਅਧਿਕਾਰੀਆਂ ਨੇ ਆ ਕੇ ਮੀਟਿੰਗ ਕੀਤੀ। ਔਰ ਅਸੀਂ ਬੜੇ ਸਪਸ਼ਟ ਤੌਰ 'ਤੇ ਕੱਲ੍ਹ ਜਿਹੜੀ ਕਮੇਟੀ ਹੋਣ ਦੇ ਵਿੱਚ ਆਈ ਆ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਸਤੇ, ਕਿਉਂਕਿ ਕਮੇਟੀ ਤੋਂ ਬਿਨਾਂ ਕੋਈ ਵੀ ਜਿਹੜਾ ਮਸਲਾ ਹੈਗਾ ਉਹ ਹੱਲ ਨਹੀਂ ਹੋ ਸਕਦਾ। ਸਾਨੂੰ ਵੀ ਪਤਾ ਹੈ ਕਿਸੇ ਚੀਜ਼ ਦੀ ਨੀਂਹ ਜਿਹੜੀ ਹੈਗੀ ਆ ਉਹ ਰੱਖਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੇ ਕੋਲ ਅੱਜ ਜਿੰਨੀਆਂ ਕੈਟਾਗਰੀਆਂ ਕੰਟਰੈਕਟ 'ਤੇ ਕੰਮ ਕਰ ਰਹੀਆਂ ਉਹਨਾਂ ਸਾਰਿਆਂ ਨੂੰ ਰੈਗੂਲਰ ਕਰਨ ਵਾਸਤੇ ਸਾਰਿਆਂ ਦਾ ਜਿਹੜਾ ਇੱਕ ਪ੍ਰੋਸੀਡਿੰਗਾਂ ਜਿਹੜੀਆਂ ਹੈਗੀਆਂ ਉਹ ਤਿਆਰ ਕਰਨੀਆਂ ਪੈਣੀਆਂ, ਏਜੰਡੇ ਤਿਆਰ ਕਰਨੇ ਪੈਣੇ ਆ ਕਿ ਜਿਹੜੇ ਸਿੱਖਿਆ ਪ੍ਰੋਵਾਈਡਰ ਹੈ, EGS ਹੈ, AI ਹੈ, STR ਵਾਲੇ ਆ, ਇਹਨਾਂ ਸਾਰਿਆਂ ਨੂੰ ਕਿਸ ਤਰੀਕੇ ਦੇ ਨਾਲ ਰੈਗੂਲਰ ਕਰਵਾਉਣਾ, ਇਹ ਸਾਰਾ ਕੁਝ ਜਿਹੜਾ ਹੈਗਾ ਪ੍ਰੋਸੈਸ ਸਾਨੂੰ ਲਿਆਉਣਾ ਪਵੇਗਾ। ਔਰ ਇਸ ਤੋਂ ਇਲਾਵਾ ਜਿਹੜੇ ਸਾਡੀ ਅਗਲੀਆਂ ਮੰਗਾਂ ਸੀਗੀਆਂ ਕਿ ਸਾਡੇ 5178 ਟੀਚਰ ਸੀਗੇ ਜਾਂ ਸਾਡੇ SSA ਰਮਸਾ ਵਾਲੇ ਸੀਗੇ ਜਿਹੜੇ ਅੱਜ ਨੌਨ ਕਲਿੱਕਰ ਵੀ ਸਾਡੇ ਕੋਲ ਬੈਠੇ ਆ, ਉਹਨਾਂ ਨੂੰ ਕਿਸ ਤਰੀਕੇ ਨਾਲ ਰੈਗੂਲਰ ਕਰਾਉਣਾ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ 5178 ਦਾ ਮਸਲਾ ਅਸੀਂ ਨਵੰਬਰ 2017 ਤੋਂ ਹੀ ਰੈਗੂਲਰ ਦਾ ਲੈ ਕੇ ਚੱਲੇ ਹੋਏ ਸੀ। ਬੇਸ਼ੱਕ ਸਿੱਖਿਆ ਮੰਤਰੀ ਨੇ ਫਰਵਰੀ 'ਚ ਕਿਹਾ ਸੀਗਾ, ਉਸ ਤੋਂ ਬਾਅਦ ਜਾ ਕੇ ਪਿਛਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਦੇ ਲੀਡਰ ਆਪਣੇ ਤੌਰ 'ਤੇ ਡਾਇਰੈਕਟ ਸਿੱਖਿਆ ਅਧਿਕਾਰੀਆਂ ਦੇ ਨਾਲ, ਮੰਤਰੀ ਦੇ ਨਾਲ ਮੀਟਿੰਗ ਕਰਦੇ ਰਹੇ, ਜਿਹਦਾ ਅਸੀਂ ਓਪਨਲੀ ਇਤਰਾਜ਼ ਵੀ ਕੀਤਾ ਸੀਗਾ ਕਿ ਯਾਰ ਜਦੋਂ ਤੇ ਅਧਿਆਪਕ ਸੰਘਰਸ਼ ਕਮੇਟੀ ਬਣੀ ਹੈ ਫਿਰ ਅਸੀਂ ਇਹਦੇ ਵਿੱਚੋਂ ਬਾਹਰ ਜਾ ਕੇ ਆਪਣੀ ਵੱਖਰੀ ਗੱਲ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਾਂ। ਉਹਨਾਂ ਲੀਡਰਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਕਿਰਪਾ ਕਰਕੇ ਮੁੱਠੀ ਬੰਦ ਆ, ਬੰਦ ਰਹੋ, ਇਹਦੇ ਵਿੱਚ ਤਾਕਤ ਹੈ। ਪਰ ਜੋ ਕੁਝ ਵੀ ਅੱਜ ਹੋਇਆ ਉਹਨਾਂ ਨੂੰ 1 ਅਕਤੂਬਰ ਜਿਹੜਾ ਹੈਗਾ ਉੱਥੋਂ ਪੂਰੀ ਤਨਖਾਹ 'ਤੇ ਰੈਗੂਲਰ ਕਰਨ ਦੀ ਗੱਲ ਕੀਤੀ ਹੈ, ਇਹਨੂੰ ਅਧਿਆਪਕ ਸੰਘਰਸ਼ ਕਮੇਟੀ ਨੇ ਪੂਰੀ ਤੌਰ 'ਤੇ ਕੰਡੈਮ ਕੀਤਾ, ਕਿਉਂਕਿ ਉਹ ਉੱਥੋਂ ਰੈਗੂਲਰ ਹੋਣੇ ਨਹੀਂ ਸੀ ਬਣਦੇ, ਕਿਉਂਕਿ ਉਹ ਆਲਰੇਡੀ 3 ਸਾਲ ਪੂਰੇ ਕਰ ਚੁੱਕੇ ਸੀਗੇ।
ਉਹਨਾਂ ਨੂੰ ਰੈਗੂਲਰ ਉਸੇ ਡੇਟ ਤੋਂ ਹੀ ਕਰਨਾ ਬਣਦਾ ਸੀਗਾ। ਜੋ ਹੋਇਆ ਉਸ ਨੂੰ ਅਸੀਂ ਕੰਡੈਮ ਕੀਤਾ, ਸਰਕਾਰ ਕੋਲ ਅਸੀਂ ਰੋਸ ਵੀ ਦਰਜ ਕਰਾਤਾ। ਜਿਹੜੀ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਸਾਡੀ ਮੀਟਿੰਗ ਹੋਈ ਹੈ 5 ਮੈਂਬਰੀ ਸਾਡੇ ਵਫਦ ਦੀ, ਉਹਨੇ ਸਾਫ਼ ਦੱਸਤਾ ਕਿ ਮੁੱਖ ਮੰਤਰੀ ਸਾਹਿਬ ਜਿਹੜੀ ਆਹ ਗੱਲ ਆਈ ਹੈ ਸਾਨੂੰ ਮਨਜ਼ੂਰ ਨਹੀਂ। ਉਸ ਤੋਂ ਬਾਅਦ SSA ਰਮਸਾ ਟੀਚਰ ਜਿਨ੍ਹਾਂ ਦੀ ਅਸੀਂ ਪੇ ਪ੍ਰੋਟੈਕਟ ਦੀ ਗੱਲ ਕਰਦੇ ਸੀ, ਅੱਜ ਵੀ ਅਸੀਂ ਪੇ ਪ੍ਰੋਟੈਕਟ ਦੇ ਉੱਤੇ ਖੜ੍ਹੇ ਹਾਂ। ਅਸੀਂ ਉਹਨਾਂ ਨੇ ਬੇਸ਼ੱਕ 1 ਸਾਲ ਪ੍ਰੋਬੇਸ਼ਨ ਦਾ ਘਟਾ ਦਿੱਤਾ, 1 ਸਾਲ ਪ੍ਰੋਬੇਸ਼ਨ ਦਾ ਘਟਾ ਕੇ 2 ਸਾਲ ਕਰਤੇ ਆ, ਸਾਲ ਤੁਹਾਡਾ ਲੰਘ ਚੁੱਕਿਆ, ਸਾਲ ਤੁਹਾਡਾ ਅਜੇ ਬਾਕੀ ਹੈ। ਪਰ ਅਸੀਂ ਗੱਲ ਕੀਤੀ ਹੈ ਕਿ ਇਹਨਾਂ ਦੀ ਪੇ ਪ੍ਰੋਟੈਕਟ ਕੀਤੀ ਜਾਵੇ। ਉੱਥੇ ਮੁੱਖ ਮੰਤਰੀ ਸਾਹਿਬ ਨੇ ਉਸ ਮੰਗ ਨੂੰ ਵਾਜਬ ਮੰਨਿਆ, ਜਾਇਜ਼ ਮੰਨਿਆ। ਉੱਥੇ ਹਾਜ਼ਰ ਮੰਤਰੀਆਂ ਨੂੰ ਇਹ ਕਿਹਾ ਕਿ ਜਿਹੜੀ ਹੁਣ ਕਮੇਟੀ ਬਣੀ ਹੈ ਉਹਦੇ ਵਿੱਚ ਫਾਈਨਾਂਸ ਮਿਨਿਸਟਰ ਵੀ ਮੌਜੂਦ ਹੈ, ਤੁਸੀਂ ਉਹ ਕਮੇਟੀ ਇਹਨਾਂ ਦੀ ਪੇ ਪ੍ਰੋਟੈਕਟ ਬਾਰੇ ਜਿਹੜਾ ਹੈਗਾ ਫੈਸਲਾ, ਬੇਸ਼ੱਕ ਉਹ 90 ਦਿਨ ਦਾ ਸਮਾਂ ਡਿਸੀਜਨ ਹੋਇਆ, 90 ਦਿਨਾਂ ਦੇ ਵਿੱਚ ਸਾਰੇ ਅਧਿਕਾਰੀਆਂ ਸਾਰੇ ਕੱਚੇ ਮੁਲਾਜ਼ਮਾਂ ਬਾਰੇ ਜਾਂ ਪੇ ਪ੍ਰੋਟੈਕਟ ਬਾਰੇ ਫੈਸਲਾ ਦੇਣਾ, ਕਿ ਤੁਸੀਂ ਇਹਨਾਂ ਦਾ ਜਿਹੜਾ ਫੈਸਲਾ ਹੈਗਾ ਇਹਨੂੰ ਲਾਗੂ ਕਰਕੇ ਇਹਨੂੰ ਇੰਪਲੀਮੈਂਟ ਕਰੋ। ਔਰ ਇਹ ਅਸੀਂ ਅੱਜ ਵੀ ਉਸ ਗੱਲ 'ਤੇ ਪੂਰੀ ਤਰ੍ਹਾਂ ਸਟੈਂਡ ਕਰਦੇ ਹਾਂ, ਪੇ ਪ੍ਰੋਟੈਕਟ ਦੇ ਮਸਲੇ 'ਤੇ ਅਸੀਂ ਖੜ੍ਹੇ ਹਾਂ ਕਿ ਸਾਡੇ SSA ਰਮਸਾ ਟੀਚਰ ਦੀ ਪੇ ਜਿਹੜੀ ਘਟਾਈ ਗਈ ਹੈ ਉਹ ਨਹੀਂ ਘਟਣੀ ਚਾਹੀਦੀ ਸੀ, ਹੋਣੀ ਚਾਹੀਦੀ ਹੈ। ਜੇ 1 ਸਾਲ ਸਰਕਾਰ ਨੇ ਘਟਾਇਆ ਅਸੀਂ ਸਵਾਗਤ ਕਰਦੇ ਹਾਂ, ਚੰਗੀ ਗੱਲ ਕੀਤੀ ਹੈ। 1 ਸਾਲ ਦਾ ਪ੍ਰੋਬੇਸ਼ਨ ਇਹਨਾਂ ਦਾ ਨਹੀਂ, ਹੋਰ ਵੀ ਸਾਰੇ ਮੁਲਾਜ਼ਮਾਂ ਦਾ ਅੱਜ ਘਟਾ ਦਿੱਤਾ ਗਿਆ, ਬਹੁਤ ਵਧੀਆ ਗੱਲ ਹੈ। ਮੈਂ ਤਾਂ ਕਹਿੰਦਾ ਕਿ 3 ਸਾਲ ਜਿਹੜਾ ਹੈਗਾ ਉਹ ਚਾਹੀਦਾ ਹੀ ਨਹੀਂ ਬੇਸਿਕ। ਉਹ ਸਟਾਰਟਿੰਗ ਤੋਂ ਜੋ ਹਾਈ ਕੋਰਟ ਦਾ ਫੈਸਲਾ ਹੋ ਚੁੱਕਿਆ, ਫੁੱਲ ਪੇ ਜਿਹੜੀ ਹੈਗੀ ਆ ਮੁਲਾਜ਼ਮ ਨੂੰ ਲੱਗਦੇ ਸਾਰ ਮਿਲਣੀ ਚਾਹੀਦੀ ਹੈ, ਉਹ ਵੀ ਅਸੀਂ ਲਾਗੂ ਕਰਵਾਵਾਂਗੇ। ਪਰ ਜੇਕਰ ਹੁਣ ਕੋਈ ਸਾਥੀ ਦਿਮਾਗ ਦੇ ਵਿੱਚ ਇਹ ਨੈਗੇਟਿਵ ਗੱਲਾਂ ਲੋਕਾਂ ਦੇ ਵਿੱਚ, ਮੈਨੂੰ ਪਤਾ ਇੱਥੇ ਕਈ ਤਰ੍ਹਾਂ ਦੇ ਲੋਕ ਬੈਠੇ ਆ, ਕਈ ਤਰ੍ਹਾਂ ਦੀ ਲੀਡਰਸ਼ਿਪ ਬੈਠੀ ਆ, ਜਿਹਨੂੰ ਤਕਲੀਫ ਵੀ ਹੁੰਦੀ ਆ, ਜਿਹਨੂੰ ਦੁੱਖ ਵੀ ਹੁੰਦਾ ਕਿ ਯਾਰ ਜਦੋਂ ਤਾਂ ਪਿਛਲੇ ਸਮਿਆਂ ਦੇ ਵਿੱਚ ਤਾਂ ਆਹ ਹਾਲਾਤ ਸੀਗੇ, ਹੁਣ ਇਹ ਹਾਲਾਤ ਜਿਹੜੇ ਹੈਗੇ ਨੇ ਉਹ ਸਰਕਾਰਾਂ ਗੱਲ ਵੀ ਸੁਣਨ ਲੱਗ ਪਈਆਂ, ਕਮੇਟੀ ਵੀ ਬਣਨ ਲੱਗ ਪਈ, ਕਮੇਟੀ ਦੇ ਵਿੱਚ ਅਧਿਆਪਕ ਲੀਡਰ ਸ਼ਾਮਿਲ ਵੀ ਹੋਣ ਲੱਗ ਪਏ, ਔਰ ਮਸਲੇ ਹੱਲ ਹੋਣ ਵਾਲੇ ਪਾਸੇ ਨੂੰ ਬਦਲ ਲੱਗ ਪਏ। ਤੇ ਕਈਆਂ ਦੀ ਢਿੱਡ ਵੀ ਪੀੜ ਹੁੰਦੀ ਆ, ਕਈਆਂ ਨੂੰ ਦੁੱਖ ਤਕਲੀਫ ਵੀ ਹੁੰਦਾ ਕਿ ਪਿਛਲੇ ਸਮਿਆਂ 'ਚ ਤੇ ਹੋਇਆ ਨਹੀਂ, ਹੁਣੇ ਕਾਹਤੋਂ ਹੋਣ ਲੱਗ ਪਿਆ। ਇਸ ਕਰਕੇ ਬਹੁਤ ਸਾਰੇ ਲੋਕ ਨੈਗੇਟਿਵ ਕਮੈਂਟ ਵੀ ਪਾਉਣਗੇ, ਲੋਕਾਂ ਨੂੰ ਭੜਕਾਉਣਗੇ ਵੀ, ਖਾਸ ਕਰਕੇ ਸਿੱਖਿਆ ਪ੍ਰੋਵਾਈਡਰ EGS ST ਔਰ AI ਅਧਿਆਪਕਾਂ ਨੂੰ ਵੀ ਭੜਕਾਉਣਗੇ ਕਿ ਤੁਹਾਨੂੰ ਤਾਂ ਕਮੇਟੀ 'ਤੇ ਸੁੱਟਤਾ, ਤੁਹਾਡਾ ਤਾਂ ਕੁਝ ਹੋਇਆ ਹੀ ਨਹੀਂ ਗਾ। ਮੈਂ ਗੱਲ ਦੱਸਦਿਆਂ ਸਾਥੀਓ, ਜੋ ਕੁਝ ਹੋ ਰਿਹਾ ਇਹ ਤੁਹਾਡੇ ਸੰਘਰਸ਼ ਕਰਕੇ ਹੋ ਰਿਹਾ, ਅਧਿਆਪਕ ਸੰਘਰਸ਼ ਕਮੇਟੀ ਔਰ ਅਧਿਆਪਕ ਏਕਤਾ ਕਰਕੇ ਹੋ ਰਿਹਾ। ਕਿਰਪਾ ਕਰਕੇ ਰੱਬ ਦਾ ਵਾਸਤਾ ਜੇ ਹੁਣ ਟੁੱਟਣ ਨਾ ਦਿਆ ਜੇ, ਹੁਣ ਇਹਨੂੰ ਖਤਮ ਨਾ ਹੋਣ ਦਿਆ ਜੇ। ਮਾਹੌਲ ਬਹੁਤ ਸੋਹਣਾ ਬਣ ਗਿਆ, ਤੁਹਾਡੀਆਂ ਮੰਗਾਂ ਹੱਲ ਹੋਣ ਵਾਲੇ ਪਾਸੇ ਨੂੰ ਰਸਤਾ ਬਣ ਗਿਆ, ਜਿਹੜਾ ਰਸਤੇ ਬੰਦ ਹੋਏ ਸੀ ਉਹ ਰਸਤੇ ਖੁੱਲ੍ਹ ਗਏ ਆ। ਕਿਰਪਾ ਕਰਕੇ ਇਹਨੂੰ ਉਧਰਲੇ ਪਾਸੇ ਨੂੰ ਲੈ ਕੇ ਜਾਇਓ। ਦੂਜੇ ਨੰਬਰ ਦੇ ਉੱਤੇ 5178 ਟੀਚਰ ਨੋਟ ਕਰ ਲੈਣ, ਇੱਥੇ ਬਹੁਤ ਸਾਰੇ ਨੈਗੇਟਿਵ ਕਮੈਂਟ ਮੇਰੀ ਪੋਸਟ ਦੇ ਉੱਤੇ ਕਰ ਰਹੇ ਆ। ਉਹਨਾਂ ਨੇ ਉੱਦਣ ਨਹੀਂ ਕੋਈ ਵੀ ਕਮੈਂਟ ਕੀਤਾ ਜਿੱਦਣ ਉਹਨਾਂ ਨੂੰ ਰੈਗੂਲਰ ਕਰਨ ਦੀ ਉੱਥੇ ਗੱਲ ਆਪਣੇ ਆਪ ਚੱਲੀ ਸੀ, ਉਹਨਾਂ ਦੇ ਲੀਡਰ ਆਪਣੇ ਆਪ ਧੰਨਵਾਦ ਕਰ ਰਹੇ ਸੀਗੇ। ਜੇਕਰ ਅਸੀਂ ਅੱਜ ਵੀ ਸਰਕਾਰ ਕੋਲ ਇਸ ਗੱਲ ਦਾ ਦਬਾਅ ਬਣਾ ਰਹੇ ਹਾਂ ਕਿ ਇਹਨਾਂ ਨੂੰ ਉੱਥੋਂ ਕੀਤਾ ਜਾਵੇ, ਅਤੇ ਜੇਕਰ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਹੋ ਤਾਂ ਫਿਰ ਜਿੱਦਾਂ ਮਰਜ਼ੀ ਤੁਸੀਂ ਕਰ ਲਵੋ, ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ, ਸਾਨੂੰ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ। ਅਸੀਂ ਤੁਹਾਡੇ ਮਸਲੇ ਹੱਲ ਕਰਨ ਵਾਸਤੇ ਆਏ ਹਾਂ, ਸਾਡਾ ਆਪਣਾ ਇੰਟਰਨਲ ਕੋਈ ਮਸਲਾ ਨਹੀਂ ਹੈਗਾ ਇਹਦੇ ਵਿੱਚ, ਸਾਡਾ ਸਿਰਫ ਅਤੇ ਸਿਰਫ ਇੰਟਰਸਟ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ, ਔਰ ਉਹਦੇ ਵਾਸਤੇ ਅਧਿਆਪਕ ਸੰਘਰਸ਼ ਕਮੇਟੀ ਪੂਰੀ ਦ੍ਰਿੜਤਾ ਦੇ ਨਾਲ, ਪੂਰੀ ਸਿਰਤਾ ਦੇ ਨਾਲ ਕੰਮ ਕਰ ਰਹੀ ਹੈ। ਬਾਕੀ ਹੁਣ ਤੁਸੀਂ ਇਹ ਦੇਖਣਾ ਕਿ ਸਾਡੇ ਤੋਂ ਕੰਮ ਕਰਵਾਉਣਾ ਕਿ ਸਾਨੂੰ ਭਜਵਾਉਣਾ, ਔਰ ਜਿੱਥੋਂ ਤੱਕ ਇਹਨਾਂ ਦਾ ਰਿਵਿਊ ਕਰਨ ਬਾਰੇ ਆ 5178 ਦੇ, ਅਸੀਂ ਅੱਜ ਵੀ ਮੰਤਰੀ ਨਾਲ ਗੱਲ ਕੀਤੀ ਆ, CM ਨਾਲ ਵੀ ਗੱਲ ਕੀਤੀ ਆ ਕਿ ਇਹਨੂੰ ਰਿਵਿਊ ਕੀਤਾ ਜਾਵੇ। ਇਹ ਜਿਹੜੇ ਹੈਗੇ ਨੇ ਵੈਸੇ ਤਾਂ ਨਵੰਬਰ 2017 ਤੋਂ ਰੈਗੂਲਰ ਹੋਣੇ ਬਣਦੇ ਸੀ,
ਪਰ ਚਲੋ ਠੀਕ ਆ ਮੰਨ ਲਿਆ, ਪਰ ਇਹਨਾਂ ਨੂੰ ਅਕਤੂਬਰ ਚ ਨਾ ਲਿਆ ਜਾਵੇ, ਇਸ ਤੋਂ ਪਹਿਲਾਂ ਕੀਤਾ ਜਾਵੇ। ਇਹ ਗੱਲ ਅੱਜ ਵੀ ਸਾਡੀ ਸਰਕਾਰ ਦੇ ਨਾਲ ਚੱਲ ਰਹੀ ਹੈ, ਤੇ ਜੇਕਰ ਤੁਸੀਂ ਇਦਾਂ ਦੀਆਂ ਗੱਲਾਂ ਕੀਤੀਆਂ ਤਾਂ ਸ਼ਾਇਦ ਤੁਸੀਂ ਤੋੜਨ ਵਾਲੇ ਪਾਸਿਓ ਇਸ ਗੱਲ ਨੂੰ ਜਾਓਗੇ। ਦੂਜੇ ਨੰਬਰ ਦੇ ਉੱਤੇ ਜਿਹੜੇ ਬਾਕੀ ਸਾਡੇ ਕੰਟਰੈਕਟ ਵਾਲੇ ਮੁਲਾਜ਼ਮ ਹੈ, ਉਹ ਪਲੀਜ਼ ਇਸ ਗੱਲ ਦਾ ਖਿਆਲ ਰੱਖੋ, ਤੁਹਾਡੇ ਵਾਸਤੇ ਹੀ ਤੁਹਾਡੇ ਲੀਡਰ ਲੱਗੇ ਹੋਏ ਆ। ਤੁਹਾਡਾ ਵਧੀਆ ਜਿਹੜਾ ਫੈਸਲਾ ਹੈਗਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ, ਇੱਕ ਪਾਲਿਸੀ ਅਸੀਂ ਬਣਾ ਰਹੇ ਹਾਂ। ਔਰ ਜਿੱਥੋਂ ਤੱਕ ਕੁਝ ਲੋਕ ਕਹਿੰਦੇ ਆ ਕਿ ਚੋਣਾਂ ਟੱਪ ਜਾਣੀਆਂ, ਹੋਣਾ ਕੁਛ ਨਹੀਂ, ਇਹ ਲੋਲੀਪੋਪ ਹੈ, ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ, ਅੱਜ ਤੱਕ ਨਾ ਕਦੇ ਕਮੇਟੀ ਬਣੀ ਹੈ, ਨਾ ਕਦੇ ਕਮੇਟੀ ਨੇ ਕੋਈ ਇਦਾਂ ਦੇ ਗੱਲ ਕੀਤੇ ਆ। ਔਰ ਉਹਦੇ ਵਾਸਤੇ ਅਸੀਂ ਦ੍ਰਿੜਾਂ, ਅਸੀਂ ਇਸ ਗੱਲ ਤੇ ਪੂਰੀ ਤਰ੍ਹਾਂ ਲੱਗੇ ਹੋਏ ਆ। ਔਰ ਇੱਕ ਗੱਲ ਹੋਰ ਦੱਸ ਦਈਏ ਕਿ ਕੱਲ ਮੇਰੇ ਕੋਲ ਸਾਥੀ ਕੰਪਿਊਟਰ ਵਾਲੇ ਇਸ ਗੱਲ ਦਾ ਇਤਰਾਜ਼ ਜਰਾ ਰਹੇ ਕਿ ਸਾਨੂੰ ਕੱਚਿਆਂ ਦੇ ਵਿੱਚ ਸ਼ੋਅ ਕੀਤਾ ਗਿਆ। ਮੈਂ ਭਰਾਵੋ ਤੁਹਾਨੂੰ ਸਾਫ਼ ਦੱਸ ਦਿਆਂ, ਤੁਸੀਂ ਕੋਈ ਕੱਚੇ ਨਹੀਂ, ਤੁਸੀਂ ਆਲਰੇਡੀ ਪਿਕਟਸ ਦੇ ਵਿੱਚ, ਸੁਸਾਇਟੀ ਦੇ ਵਿੱਚ ਰੈਗੂਲਰ ਹੋ ਚੁੱਕੇ ਹੋ। ਤੁਹਾਨੂੰ ਸਾਰੇ ਬੈਨੀਫਿਟ ਰੈਗੂਲਰ ਟੀਚਰ ਵਾਲੇ ਮਿਲ ਰਹੇ ਆ। ਤੁਹਾਡਾ ਸਿਰਫ ਇੱਕੋ ਮਸਲਾ ਹੈ ਕਿ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸ਼ਿਫਟ ਕਰਨਾ ਹੈ। ਔਰ ਜਿਹੜਾ ਇਹ ਵੀ ਮਸਲਾ, ਅਸੀਂ ਕਮੇਟੀ ਦੇ ਵਿੱਚ ਪੂਰੇ ਜ਼ੋਰਦਾਰ ਢੰਗ ਦੇ ਨਾਲ ਤੁਹਾਡੀ ਆਵਾਜ਼ ਬਣ ਕੇ ਉਹਨੂੰ ਲੈ ਕੇ ਜਾਵਾਂਗੇ, ਦੱਸਾਂਗੇ ਕਿ ਜਦੋਂ ਇਹ ਟੀਚਰ ਫੁੱਲ ਤਨਖਾਹ ਲੈ ਰਹੇ ਆ, ਇਹਨਾਂ ਤੇ ਸਾਰੀਆਂ ਸ਼ਰਤਾਂ ਲਾਗੂ ਹੁੰਦੀਆਂ, ਇਹ ਰੈਗੂਲਰ ਹੋ ਚੁੱਕੇ ਆ, ਤਾਂ ਇਹਨਾਂ ਨੂੰ ਕਿਸੇ ਵੀ ਉਸ ਕੈਟਾਗਰੀ ਦੇ ਵਿੱਚ ਨਹੀਂ ਖੜਾ ਕਰਨਾ ਚਾਹੀਦਾ ਜੋ ਕੈਟਾਗਰੀ ਕੰਟੈਕਟ ਦੇ ਵਿੱਚ ਹੈ। ਇਹਨਾਂ ਦਾ ਜਿਹੜਾ ਮਸਲਾ ਹੈਗਾ ਵਿਚਾਰ ਕੇ, ਇਹਨਾਂ ਤੇ ਇੱਕ ਰੁਪਈਆ ਵੀ ਸਰਕਾਰ ਦਾ ਨਹੀਂ ਲੱਗਦਾ, ਕਿਉਂਕਿ ਪੂਰੀ ਤਨਖਾਹ ਲੈ ਰਹੇ ਆ, ਸਾਰੀ ਫੰਡਿੰਗ ਇਹਨਾਂ ਦੀ ਪੰਜਾਬ ਸਰਕਾਰ ਕਰ ਰਹੀ ਹੈ। ਇਹਨਾਂ ਨੂੰ ਸਿੱਧਾ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰਨਾ ਬਣਦਾ। ਉਸ ਤੋਂ ਬਾਅਦ 162 ਟੀਚਰ ਸੀਗੇ, 18 BC ਟੀਚਰ ਸੀਗੇ, ਉਹਨਾਂ ਬਾਰੇ ਵੀ ਗੱਲ ਹੋ ਚੁੱਕੀ ਆ, ਉਹਨਾਂ ਨੂੰ ਕਿਸੇ ਨੂੰ ਕੱਢਿਆ ਨਹੀਂ ਜਾਏਗਾ। ਉਸ ਤੋਂ ਬਾਅਦ ਜਿਹੜੀਆਂ ਪੋਸਟਾਂ ਸਾਡੀਆਂ ਹੈੱਡ ਟੀਚਰ ਦੀਆਂ ਖਤਮ ਕੀਤੀਆਂ ਸੀਗੀਆਂ ਜਾਂ ਸਪੋਰਟਸ ਅਫਸਰ ਦੀਆਂ ਕੀਤੀਆਂ ਸੀਗੀਆਂ, ਉਹਨਾਂ ਬਾਰੇ ਵੀ ਗੱਲ ਹੋ ਚੁੱਕੀ ਆ, ਉਹ ਸਾਰੀਆਂ ਪੋਸਟਾਂ ਬਹਾਲ ਹੋਣਗੀਆਂ। ਉਸ ਤੋਂ ਬਾਅਦ ਸਾਡੇ 12-14 ਸੈਸ਼ਨ ਵਾਲੇ ਕੋਲ ਟੀਚਰ EGS ਵਾਲੇ, ਉਹਨਾਂ ਦੇ ਬੜੇ ਫੈਸਲਾ ਹੋ ਚੁੱਕਿਆ ਕਿ ਉਹ EGS ਦੀ ਪੋਸਟ ਦੇ ਉੱਤੇ ਦੁਬਾਰਾ ਆਉਣਗੇ, ਔਰ ਜੋ ਫੈਸਲਾ ਬਾਕੀ EGS ਵਾਲਿਆਂ ਦਾ ਹੋਏਗਾ ਉਹੀ ਉਹਨਾਂ ਦੇ ਉੱਤੇ ਲਾਗੂ ਹੋਏਗਾ। ਔਰ ਇਸ ਤੋਂ ਬਾਅਦ ਇਹ ਸਾਰੇ ਜਿਹੜੇ ਮਸਲੇ ਹੈਗੇ ਆ, ਬੜੇ ਵਿਸਤਾਰ ਦੇ ਵਿੱਚ ਮੁੱਖ ਮੰਤਰੀ ਲੈਵਲ 'ਤੇ, ਬੜੇ ਵਿਸਤਾਰ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਮੇਟੀ ਦੀਆਂ ਮੀਟਿੰਗਾਂ ਚੱਲਣੀਆਂ। ਤੁਹਾਡੇ ਲੀਡਰ ਉਸ ਕਮੇਟੀ ਦੇ ਵਿੱਚ ਸ਼ਾਮਿਲ ਨੇ, ਉਹ ਖੁਦ ਤੁਹਾਡੀਆਂ ਫਾਈਲਾਂ, ਖੁਦ ਤੁਹਾਡੇ ਜਿਹੜੇ ਮਸਲੇ ਆ ਉਹ ਲੈ ਕੇ ਜਾਣਗੇ। ਜਿੱਥੇ 10-12 ਸਾਲ ਲੰਘ ਗਏ ਉੱਥੇ 3 ਮਹੀਨੇ ਕੋਈ ਜ਼ਿਆਦਾ ਨਹੀਂ, 2-3 ਮਹੀਨਿਆਂ 'ਚੋਂ ਅੱਜ ਘੱਟ ਚੁੱਕੇ ਆ, ਇਹ ਲਗਾਤਾਰ ਘਟੀ ਜਾਣੇ ਆ। ਔਰ ਇਸ ਕਰਕੇ ਅਸੀਂ ਜ਼ੋਰ ਲਾ ਕੇ ਜਿਹੜੀ ਇਹ ਕਮੇਟੀ ਬਣੀ ਹੈ, ਇਹਦੇ ਤੋਂ ਆਪਣੇ ਹੱਕ ਦੇ ਵਿੱਚ ਕੋਈ ਚੰਗੇ ਫੈਸਲੇ ਕਰਵਾ ਲਈਏ। ਜੇ ਅਸੀਂ ਚੰਗੇ ਫੈਸਲੇ ਕਰਵਾ ਲਵਾਂਗੇ ਤਾਂ ਉਹਨੂੰ ਲਾਗੂ ਵੀ ਕਰਵਾ ਲਵਾਂਗੇ, ਅਤੇ ਜੇਕਰ ਅਸੀਂ ਪਹਿਲਾਂ ਹੀ ਖਿਲਰ ਗਏ, ਇੱਕ ਦੂਜੇ ਲੀਡਰਾਂ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ, ਜਾਂ ਇਹ ਗੱਲ ਕਹਿਣੀ ਸ਼ੁਰੂ ਕਰਤੀ ਕਿ ਇਹਦਾ ਕ੍ਰੈਡਿਟ ਤਾਂ ਪਤਾ ਨਹੀਂ ਕਿਹੜੇ ਪਾਸੇ ਜਾਣਾ, ਮੇਰੀ ਹੱਥ ਜੋੜ ਕੇ ਬੇਨਤੀ ਆ, ਮੈਨੂੰ ਕੋਈ ਕ੍ਰੈਡਿਟ ਨਹੀਂ ਚਾਹੀਦਾ, ਇਹਦਾ ਸਾਰਾ ਦਾ ਸਾਰਾ ਕ੍ਰੈਡਿਟ ਅਧਿਆਪਕ ਸੰਘਰਸ਼ ਕਮੇਟੀ ਪੰਜਾਬ, ਅਧਿਆਪਕ ਸਾਂਝਾ ਮੋਰਚਾ ਔਰ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੇ ਲੀਡਰਾਂ ਨੂੰ ਜਾਵੇਗਾ। ਉਹੀ ਸਾਰਾ ਕ੍ਰੈਡਿਟ ਇਹਦਾ ਲੈ ਕੇ ਜਾਣਗੇ। ਔਰ ਅਸੀਂ, ਮੈਨੂੰ ਕਿਸੇ ਕ੍ਰੈਡਿਟ ਕਿਸੇ ਗੱਲ ਦੀ ਲੋੜ ਨਹੀਂ, ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਤੀਨਿਧਤਾ ਕਰਨੀ ਹੈ ਉਹ ਵੀ ਸਾਡੇ ਉਹੀ ਲੀਡਰ ਕਰਨਗੇ। ਮੈਨੂੰ ਜਿੱਥੇ ਆਵਾਜ਼ ਮਾਰੋਗੇ, ਸੰਘਰਸ਼ ਭਖਾਉਣਾ ਸੀਗਾ ਭਖਾ ਦਿੱਤਾ, ਮਾਹੌਲ ਬਣਾਉਣਾ ਸੀਗਾ ਬਣਾ ਦਿੱਤਾ, ਸਾਰੇ ਅਧਿਆਪਕ ਇੱਕ ਝੰਡੇ ਥੱਲੇ ਇਕੱਠੇ ਕਰਨੇ ਸੀਗੇ ਕਰ ਦਿੱਤੇ, ਔਰ ਲੜਾਈ ਪੰਜਾਬ ਦੇ ਵਿੱਚ ਬਣਾ ਦਿੱਤੀ ਹੈ। ਔਰ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਅੱਜ ਪੜ੍ਹੋ ਪੰਜਾਬ ਪ੍ਰੋਜੈਕਟ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਵਿੱਚ ਕੁਝ ਊਣਤਾਈਆਂ ਸੀਗੀਆਂ, ਕੁਝ ਕਮੀਆਂ ਸੀਗੀਆਂ ਜਿਹੜੀਆਂ ਅਸੀਂ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਦਿੱਤੀਆਂ ਨੇ ਕਿ ਉਹ ਊਣਤਾਈਆਂ ਜਿਹੜੀਆਂ ਹੈਗੀਆਂ ਨੇ ਉਹ ਦੂਰ ਕੀਤੀਆਂ ਜਾਣ, ਉਹਨਾਂ ਨੂੰ ਕਮੀਆਂ ਨੂੰ ਦੂਰ ਕੀਤਾ ਜਾਵੇ। ਉਹਨਾਂ ਦਾ ਬਹੁਤ ਕੁਝ ਜਿਹੜਾ ਹੈਗਾ, ਅਗਲੇ ਸਾਲ ਤੋਂ ਇੱਕ ਕਮੇਟੀ ਬਣੀ ਹੈ ਜਿਹਨੇ ਇਹਨੂੰ ਰਿਵਿਊ ਕਰਨਾ,
ਔਰ ਉਹ ਕੀਤੀ ਜਾਵੇ। ਦੂਸਰੇ ਨੰਬਰ ਦੇ ਉੱਤੇ ਅਧਿਆਪਕ ਸੰਘਰਸ਼ ਕਮੇਟੀ ਨੇ ਸੋਚ ਵਿਚਾਰ ਕੇ ਫੈਸਲਾ ਕੀਤਾ ਕਿ ਜਿਹੜਾ ਹੁਣ ਲਗਭਗ 11 ਤਰੀਕ ਤੱਕ ਪੋਸਟ ਟੈਸਟ ਹੋਣਾ ਸੀਗਾ ਟੈਸਟਿੰਗ ਦਾ, ਔਰ ਅੱਜ 7 ਤਰੀਕ 6 ਤਰੀਕ ਹੋ ਚੁੱਕੀ ਆ, 2-3 ਦਿਨ ਰਹਿੰਦੇ ਆ। ਜੇਕਰ ਜੋ ਅਸੀਂ ਪਿੱਛੇ ਕਰਵਾਇਆ, ਜੇਕਰ ਤੁਸੀਂ ਇਹਦੀਆਂ ਰਿਪੋਰਟਾਂ ਸਾਡੇ ਤੋਂ ਲੈਣਾ ਚਾਹੁੰਦੇ ਹੋ ਤਾਂ ਅਸੀਂ HT ਤੇ CHT ਰਾਹੀਂ ਦੇਣ ਨੂੰ ਤਿਆਰ ਹਾਂ। ਅਸੀਂ ਕਿਸੇ BMT, ਕਿਸੇ CMT, ਕਿਸੇ ਕੋਆਰਡੀਨੇਟਰ ਰਾਹੀਂ ਆਪਣੀ ਰਿਪੋਰਟ ਜਿਹੜੀ ਹੈਗੀ ਦਰਜ ਨਹੀਂ ਕਰਾਉਣੀ। ਸਾਡੇ ਆਲਰੇਡੀ HT CHT ਮੌਜੂਦ ਨੇ, ਤੁਸੀਂ ਸਾਨੂੰ ਦੱਸੋ, ਅਸੀਂ ਆਪਣੀ ਟੈਸਟਿੰਗ ਕਰਕੇ ਤੁਹਾਨੂੰ ਜਿਹੜੀਆਂ ਰਿਪੋਰਟਾਂ ਹੈਗੀਆਂ ਭੇਜ ਦਿੰਦੇ ਹਾਂ। ਜੇ ਤੁਹਾਨੂੰ ਐਂ ਲੱਗਦਾ, ਤੁਹਾਨੂੰ HT ਤੇ ਲੱਗਦਾ ਕਿ ਉਹਦਾ ਆਪਣਾ ਸਕੂਲ ਹੈ, ਬੇਸ਼ੱਕ ਇੰਟਰ ਸਕੂਲ ਕਰਾ ਲਓ, ਇੱਧਰਲਾ HT ਉੱਧਰ ਕਰ ਲਵੇ, ਉੱਧਰਲਾ ਇੱਧਰ ਕਰ ਲਵੇ, ਸਾਨੂੰ ਕੋਈ ਪ੍ਰੋਬਲਮ ਨਹੀਂ, ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ, ਕਿਉਂਕਿ ਅਸੀਂ ਆਪਣੇ ਬੱਚੇ ਵਧੀਆ ਤਰੀਕੇ ਨਾਲ ਪੜ੍ਹਾਏ ਹੋਏ ਆ। ਸਾਨੂੰ ਪਤਾ ਕਿ ਸਾਡੇ ਬੱਚੇ ਕਿਸ ਲੈਵਲ 'ਤੇ ਕਿੱਥੇ ਖੜ੍ਹੇ ਹੋਏ ਆ। ਇਸ ਕਰਕੇ ਪੜ੍ਹੋ ਪੰਜਾਬ ਦਾ ਜਿਹੜਾ ਫੈਸਲਾ ਹੈਗਾ ਉਹ ਸਾਡਾ ਇਹ ਆ। ਬਾਕੀ ਜੋ ਵੀ ਰਿਵਿਊ ਹੋਊਗਾ ਪੜ੍ਹੋ ਪੰਜਾਬ ਬਾਰੇ, ਅਗਲੇ ਸੈਸ਼ਨ ਤੋਂ ਕਿਸ ਤਰੀਕੇ ਨਾਲ ਚੱਲਣਾ, ਕਿਸ ਤਰੀਕੇ ਨਾਲ ਚਲਾਉਣਾ, ਉਹ ਸਭ ਤੋਂ ਪਹਿਲਾਂ ਸਾਡੀ ਕਮੇਟੀ ਅਧਿਕਾਰੀ ਫਾਈਨਲ ਕਰਨਗੇ। ਜੇਕਰ ਸਾਨੂੰ ਲੱਗਿਆ ਕਿ ਸਾਡੇ ਅਨੁਸਾਰ ਵਧੀਆ ਢੰਗ ਦੇ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖ ਕੇ ਇਹ ਪ੍ਰੋਜੈਕਟ ਆ ਰਿਹਾ ਤਾਂ ਅਸੀਂ ਫੈਸਲਾ ਲਵਾਂਗੇ, ਨਹੀਂ ਤਾਂ ਜੋ ਲੋਕ ਜੋ ਜਨਤਾ ਦੀ ਆਵਾਜ਼ ਹੈ ਉਹਦੇ ਨਾਲ ਗੱਲ ਕੀਤੀ ਜਾਊਗੀ। ਇਸ ਕਰਕੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿ ਇਸ ਏਕਤਾ ਨੂੰ ਹੁਣ ਟੁੱਟਣ ਨਾ ਦਿਆ ਜੇ, ਕੋਈ ਕਿਸੇ ਦੇ ਲੀਡਰ 'ਤੇ ਕੋਈ ਨੈਗੇਟਿਵ ਕਮੈਂਟ ਨਾ ਕਰਿਆ ਜੇ, ਠੀਕ ਹੈ। ਇਹ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਹੈਗੀ, ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਡੇ ਸੰਘਰਸ਼ ਦੀ ਜਿੱਤ ਹੋਈ ਆ, ਤੁਹਾਡਾ ਸੰਘਰਸ਼ ਜਿੱਤ ਵਾਲੇ ਪਾਸੇ ਨੂੰ ਵਧਿਆ। ਅਸੀਂ ਡਿਮੋਰਲਾਈਜ਼ ਨਹੀਂ ਹੋਏ, ਅੱਜ ਵਿਕਟੇਮਾਈਜੇਸ਼ਨਾਂ, ਅੱਜ ਬਦਲੀਆਂ, ਅੱਜ ਸਸਪੈਂਸ਼ਨਾਂ, ਅੱਜ ਨੋਟਸ ਉਹ ਰੱਦ ਹੋਏ ਨੇ, ਨਾ ਕਿ ਹੋਰ ਹੋਏ ਨੇ, ਉਹ ਅੱਜ ਵਾਪਸ ਹੋਏ ਨੇ। ਅਸੀਂ ਅੱਗੇ ਵੱਲ ਨੂੰ ਵਧ ਰਹੇ ਹਾਂ, ਔਰ ਇਹ ਸਾਰਾ ਕੁਝ ਕਦੋਂ ਹੋਇਆ, ਸਾਡੀਆਂ ਮੀਟਿੰਗਾਂ ਤੋਂ ਪਹਿਲਾਂ ਰਾਤ ਲਿਸਟਾਂ ਵਿਕਟੇਮਾਈਜੇਸ਼ਨਾਂ ਦੀਆਂ, ਬਦਲੀਆਂ ਦੀਆਂ, ਆਰਡਰਾਂ ਦੀਆਂ ਰੱਦ ਹੋਣੀਆਂ ਸ਼ੁਰੂ ਹੋ ਗਈਆਂ ਸੀ। ਜਿਨ੍ਹਾਂ ਦੇ ਸਟੇਸ਼ਨਾਂ ਦੇ ਉੱਤੇ ਟੀਚਰ ਆਏ ਸੀ ਉਹ ਟੀਚਰ ਵਾਪਸ ਜਾਣਗੇ, ਉਹਨਾਂ ਦੇ ਆਰਡਰ ਹੋ ਗਏ ਨੇ, ਉਹ ਆਪਣੇ ਸਟੇਸ਼ਨ ਦੇ ਉੱਤੇ ਹੀ ਰਹਿਣਗੇ। ਇਹ ਸਾਰੇ ਮਸਲੇ ਲਗਭਗ ਸਾਥੀਓ ਹੱਲ ਹੋ ਗਏ ਆ। ਬਾਕੀ ਤੁਹਾਡੇ ਹੱਥ ਦੇ ਵਿੱਚ ਹੈ ਕਿ ਅਧਿਆਪਕ ਸੰਘਰਸ਼ ਨੂੰ, ਅਧਿਆਪਕ ਏਕਤਾ ਨੂੰ ਹੋਰ ਕਿਸ ਤਰੀਕੇ ਨਾਲ ਮਜ਼ਬੂਤ ਕਰਕੇ ਅੱਗੇ ਲੈ ਕੇ ਜਾਣਾ। ਜੇ ਤੁਹਾਨੂੰ ਲੱਗਦਾ ਕਿ ਅਸੀਂ ਅਜੇ ਹੋਰ ਜਿੱਤ ਵੱਲ ਨੂੰ ਵਧਣਾ ਤਾਂ ਫਿਰ ਸਾਥ ਦੇ ਦਿਓ। ਜੇ ਤੁਹਾਨੂੰ ਲੱਗਦਾ ਕਿ ਇੱਥੇ ਖੇਡਾਂ ਖਿਲਾਰਨਾ, ਇੱਥੇ ਸਾਰਾ ਕੁਝ ਖਤਮ ਕਰਨਾ, ਤਾਂ ਫਿਰ ਜੋ ਤੁਹਾਡੀਆਂ ਬੋਲੀਆਂ ਹੈਗੀਆਂ, ਕਿਉਂਕਿ ਅਸੀਂ 45-46 ਜਥੇਬੰਦੀਆਂ ਨੂੰ ਇਕੱਠਿਆਂ ਕਰਕੇ ਇੱਕ ਅਧਿਆਪਕ ਸੰਘਰਸ਼ ਕਮੇਟੀ ਬਣਾਈ ਹੈ, ਔਰ ਸਾਡੀ ਕੋਸ਼ਿਸ਼ ਆ ਕਿ ਟੁੱਟੇ ਨਾ। ਜੇ ਟੁੱਟ ਗਈ ਤੁਹਾਡੇ ਹਾਲਾਤ ਬੜੇ ਬੁਰੇ ਹੋਣੇ ਆ, ਮੈਂ ਤੁਹਾਨੂੰ ਸਾਫ਼ ਦੱਸ ਦਿੰਦਾ, ਅਤੇ ਕਿਰਪਾ ਕਰਕੇ ਨਾ ਤੋੜਿਓ, ਨਾ ਟੁੱਟਣ ਦੇ ਵਿੱਚ ਰੋਲ ਪਾਇਓ, ਲੀਡਰਾਂ ਨੂੰ ਇਕੱਠੇ ਰੱਖਿਓ। ਜੇ ਕੋਈ ਲੀਡਰ ਕੋਈ ਨੈਗੇਟਿਵ ਗੱਲ ਕਰਦਾ ਕਿਸੇ ਲੀਡਰ ਦੇ ਪ੍ਰਤੀ, ਤਾਂ ਪਲੀਜ਼ ਉਹਨੂੰ ਕਿਹੋ ਯਾਰ ਪਲੀਜ਼ ਛੱਡ ਦੇ ਇਹਨਾਂ ਗੱਲਾਂ ਨੂੰ, ਹੁਣ ਅਸੀਂ ਮਸਾਂ ਮਸਾਂ ਸਾਡੀ ਗੱਡੀ ਟਰੈਕ 'ਤੇ ਚੜ੍ਹੀ ਆ, ਅਸੀਂ ਜਿੱਤ ਵਾਲੇ ਪਾਸੇ ਨੂੰ ਵੱਧ ਰਹੇ ਹਾਂ, ਸਾਨੂੰ ਵੱਧ ਲੈਣ ਦਿਓ, ਸਾਨੂੰ ਇੱਥੋਂ ਵਾਪਸ ਨਾ ਮੋੜ ਦਿਓ। ਕਿਉਂਕਿ ਬਹੁਤ ਸਾਰੀਆਂ ਸਰਕਾਰ ਦੀਆਂ ਸ਼ਕਤੀਆਂ ਵੀ ਲੱਗੀਆਂ ਹੋਣਗੀਆਂ ਜਿਹੜੀਆਂ ਸੋਚਣਗੀਆਂ ਕਿ ਸੰਘਰਸ਼ ਨੂੰ ਇੱਥੇ ਖਤਮ ਕਰ ਦਈਏ, ਏਕਤਾ ਨੂੰ ਇੱਥੇ ਖੰਡਾ ਬਣਾ ਦਈਏ, ਪਰ ਅਸੀਂ ਨਹੀਂ ਚਾਹੁੰਦੇ ਕਿ ਸੰਘਰਸ਼ ਇੱਥੇ ਖਤਮ ਹੋਵੇ। ਅਸੀਂ ਇਸ ਸੰਘਰਸ਼ ਨੂੰ ਅੰਜਾਮ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ, ਜਿਹਦੀ ਨੀਂਹ ਅਸੀਂ ਅੱਜ ਉਹ ਕਮੇਟੀ ਬਣਾ ਕੇ ਰੱਖ ਦਿੱਤੀ ਹੈ। ਬਾਕੀ ਸਾਰਾ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ, ਤੁਸੀਂ ਜੋ ਕਰਨਾ ਤੁਸੀਂ ਕਰਨਾ। ਬਾਕੀ ਇੱਕ ਮੈਂ ਬੇਨਤੀ ਕਰਦਿਆਂ 5178 ਵਾਲੇ, ਆਪਣੇ ਆਪਣੀ ਕਬਰ ਆਪ ਨਾ ਪੁੱਟਣ ਕਿਸੇ ਤਰ੍ਹਾਂ ਦੇ ਨੈਗੇਟਿਵ ਕਮੈਂਟ ਕਰਕੇ। ਅਸੀਂ ਅੱਜ ਵੀ ਤੁਹਾਡੇ ਮਸਲੇ ਦੇ ਉੱਤੇ ਅਸੀਂ ਖੜ੍ਹੇ ਹਾਂ। ਜੋ ਕੁਝ ਵੀ ਹੋਇਆ ਸਾਨੂੰ ਨਹੀਂ ਪਤਾ ਕਿ ਸਰਕਾਰ ਦੀ ਇਹਦੇ ਵਿੱਚ ਕੀ ਬਦਨੀਤੀ ਹੈ, ਸਰਕਾਰ ਨੇ ਕਿਉਂ 1 ਅਕਤੂਬਰ 2019 ਪਾਇਆ, ਕਿਉਂਕਿ ਇਹਦੇ ਵਿੱਚ ਨਾ ਤਾਂ ਕਿਸੇ ਅਧਿਆਪਕ ਸੰਘਰਸ਼ ਕਮੇਟੀ ਦੀ, ਨਾ ਕਿਸੇ ਅਧਿਆਪਕ ਲੀਡਰ ਦੀ ਕੋਈ ਸਹਿਮਤੀ ਸੀਗੀ। ਇਹ ਕਈ ਵਾਰੀ ਖਦੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦਾ ਫੈਸਲਾ ਸੁੱਟ ਦਿਓ, ਲੋਕ ਟੁੱਟ ਜਾਣ, ਪਰ ਅਸੀਂ ਇਸ ਗੱਲ ਦੇ ਫੈਸਲੇ 'ਤੇ ਬਿਲਕੁਲ ਸਹਿਮਤ ਨਹੀਂ ਹੈਗੇ। ਅਸੀਂ ਅੱਜ ਵੀ
ਇਹਨੂੰ ਜਿਹੜਾ ਹੈਗਾ ਉਹ ਰਿਵਿਊ ਕਰਾਉਣ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਕਰੇ ਹਾਂ। ਇਹਨਾਂ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।